ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਪੁਲਿਸ ਦੀ ਕੀਤੀ ਗਈ ਕਾਰਵਾਈ ਤੇ ਵੱਡੇ ਸਵਾਲ ਉੱਠਣ ਲੱਗ ਗਏ ਨੇ। ਇਹ ਸਵਾਲ ਪੰਜਾਬ ਪੁਲਿਸ ਦੇ ਰਹਿ ਚੁੱਕੇ ਵੱਡੇ ਅਧਿਕਾਰੀ ਵੱਲੋਂ ਅਤੇ ਵਿੱਕੀ ਗੌਂਡਰ ਦੇ ਮਾਮੇ ਵੱਲੋਂ ਉਠਾਏ ਗਏ ਨੇ। ਗੈਂਗਸਟਰ ਵਿੱਕੀ ਗੌਂਡਰ ਦੇ ਪੁਲਿਸ ਮੁਕਾਬਲੇ ਤੇ ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਸ਼ਸ਼ੀਕਾਂਤ ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਪੁਲਿਸ ਮੁਕਾਬਲਾ ਝੂਠਾ ਹੈ ਜਾਂ ਨਹੀਂ, ਪਰ ਇਸ ਪੂਰੀ ਕਾਰਵਾਈ ਵਿੱਚ ਇੱਕ ਉਹ ਪੁਲਿਸ ਅਫਸਰ ਸ਼ਾਮਿਲ ਹੈ ਜੋ ਕਿ ਇਸ ਤਰ੍ਹਾਂ ਦੇ ਕੰਮਾਂ ਲਈ ਬਦਨਾਮ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਸ ਪੁਲਿਸ ਮੁਕਾਬਲੇ ਦੀ ਕਿਸੇ ਕਮਿਸ਼ਨ ਵੱਲੋਂ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰੀ ਅਦਾਰਿਆਂ ਤੋਂ ਲੋਕਾਂ ਨੂੰ ਹੁਣ ਕੋਈ ਉਮੀਦ ਨਹੀਂ ਹੈ। ਜਦੋਂ ਪੁੱਛਿਆ ਗਿਆ ਕਿ ਉਹ ਇਸ ਮੁਕਾਬਲੇ ਦੀ ਕਾਰਵਾਈ ਵਿੱਚ ਕੋਈ ਗੜਬੜ ਦੇਖਦੇ ਹਨ ਤਾਂ ਇਸ ਤੇ ਉਹਨਾਂ ਨੇ ਕਿਹਾ ਹਾਂ, ਇਸ ਵਿੱਚ ਗੜਬੜ ਵੀ ਸੀ। ਉਹਨਾਂ ਕਿਹਾ ਕਿ ਵਿੱਕੀ ਗੌਂਡਰ ਅਕਸਰ ਅੰਡਰਗਰਾਊਂਡ ਰਹਿੰਦਾ ਸੀ, ਉਸ ਨੂੰ ਸ਼ਰਨ ਦੇਣ ਵਿੱਚ ਕਿਸੇ ਸਿਆਸੀ ਆਦਮੀ ਦੇ ਹੱਥ ਨੂੰ ਨਕਾਰਿਆ ਨਹੀਂ ਜਾ ਸਕਦਾ। ਸ਼ਸ਼ੀਕਾਂਤ ਨੇ ਅੱਗੇ ਗੱਲਬਾਤ ਦੌਰਾਨ ਕਿਹਾ ਕਿ ਇਹ ਵੀ ਸੰਭਵ ਹੈ ਕਿ ਅਜਿਹੇ ਸਿਆਸੀ ਆਦਮੀਆਂ ਦਾ ਨਾਂ ਗੁਪਤ ਰੱਖਣ ਲਈ ਇਹ ਮੁਕਾਬਲਾ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਦੌਰਾਨ ਇਹ ਚੀਜ਼ ਹਮੇਸ਼ਾ ਸੰਭਵ ਹੁੰਦੀ ਹੈ ਕਿ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਜਾਵੇ। ਉਧਰ ਕੱਲ ਵਿੱਕੀ ਗੌਂਡਰ ਦੇ ਮਾਮੇ ਨੇ ਐਨਕਾਊਂਟਰ ਨੂੰ ਝੂਠਾ ਦੱਸਦਿਆਂ ਕਿਹਾ ਕਿ ਇਹ ਵਿੱਕੀ ਗੌਂਡਰ ਦੇ ਯਾਰ ਨੇ ਮਾਰਿਆ ਹੈ ਅਤੇ ਇਸ ਦੀ ਸੀਵੇਜ ਜਾਂਚ ਮੰਗੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਦੀ ਨਿਰਪੱਖ ਜਾਂਚ ਨਹੀਂ ਕਰਦੀ ਤਾਂ ਉਹ ਅਦਾਲਤ ਜਾਣਗੇ। ਮੈਨੂੰ ਬੁਲਾਇਆ ਤੇ ਮੈਂ ਚੱਲਿਆ, ਅਸੀਂ ਸਗੋਂ ਇਸ ਗੱਲ ਦੀ ਮੈਂ ਕਿਹਾ, ਯਾਰ ਇੰਨਾ ਯਕੀਨ ਨੀ ਕਰੀਦਾ ਹੁੰਦਾ, ਤੂੰ ਜੇ ਹੁਣ ਕੋਟਰਾ ਹੀ ਪੇਸ਼ ਹੋ ਜਾ। ਕਿਸੇ ਅਫਸਰ ਦਾ ਨਾਮ ਲਿਆ? ਹਾਂਜੀ, ਵਿਕਰਮ ਰਾੜ ਦਾ। ਕੀ ਕਹਿੰਦੇ? ਨਹੀਂ ਆਂਦਾ, ਮੇਰਾ ਭਰਾ ਹੈ, ਮੇਰਾ ਦੋਸਤ ਹੈ, ਮੇਰੇ ਤੋਂ ਬਾਹਰ ਨਹੀਂ ਹੁੰਦਾ ਜੇ ਗੱਲ। ਦੋਸਤ ਕਿੱਦਾਂ ਸੀਗਾ? ਇਕੱਠੇ ਸਪੋਰਟਸ ਚ ਪੜ੍ਹਦੇ ਰਹੇ ਜੀ, ਜਲੰਧਰ ਸਪੋਰਟਸ ਕਾਲਜ ਜਲੰਧਰ। ਹਾਂਜੀ, ਸਪੋਰਟਸ ਕੋਟੇ ਜੀ ਉਹ ਭਰਤੀ ਹੋਇਆ ਜੀ। ਅੱਛਾ, ਇਹ ਇਹ ਵਿੱਕੀ ਨੇ ਤੁਹਾਨੂੰ ਇਹ ਕਿਹਾ ਕਿ ਅਸੀਂ ਉਹਨੂੰ ਮਿਲਣ ਜਾ ਰਹੇ ਹਾਂ? ਹਾਂਜੀ, ਮਿਲਣ ਜਾ ਰਹੇ। ਅੱਛਾ, ਵੀ ਅੱਜ ਉਹਦੇ ਨਾਲ ਗੱਲ ਹੋ ਰਹੀ ਹੈ ਤੇ ਅਸੀਂ ਹੁਣ ਚੱਲੇ ਆ ਤੇ ਬਸ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂਗਾ ਜਿਸ ਦਿਨ ਮੈਂ ਪੇਸ਼ ਹੋਣਾ ਹੈ। ਮੇਰੀ ਗੱਲਬਾਤ ਹੋਣੀ ਹੈ, ਸਹੀ ਇਨਕੁਆਰੀ ਨਹੀਂ ਕਰਦੇ ਤਾਂ ਅਸੀਂ ਮੰਨ ਕੇ ਦੁਹਾਈ ਪੁੱਟ ਜਾਵਾਂਗੇ। ਸ਼ਸ਼ੀਕਾਂਤ ਦੇ ਬਿਆਨ ਬਾਰੇ ਇਸ ਓਪਰੇਸ਼ਨ ਦੇ ਵਿੱਚ ਵੱਡਾ ਰੋਲ ਅਦਾ ਕਰਨ ਵਾਲੇ AIG ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਇਹਨਾਂ ਕਿਆਸਾਂ ਵਿੱਚ ਕੋਈ ਸੱਚਾਈ ਨਹੀਂ ਹੈ, ਇਹ ਪੱਕੇ ਤੌਰ ਤੇ ਅਸਲੀ ਮੁਕਾਬਲਾ ਸੀ। ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਕਿਸੇ ਵੀ ਸਵਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਧਰ ਪਰਿਵਾਰ ਵੱਲੋਂ ਲਗਾਏ ਇਲਜ਼ਾਮਾਂ ਨੂੰ ਗੁਰਮੀਤ ਸਿੰਘ ਚੌਹਾਨ ਨੇ ਬੇਬੁਨਿਆਦ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਈ ਦਿਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਚੌਹਾਨ ਨੇ ਕਿਹਾ ਕਿ ਅਧਿਕਾਰੀਆਂ ਤੇ ਲਾਏ ਗਏ ਇਲਜ਼ਾਮ ਸਿਰਫ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਪਰਿਵਾਰ ਕੋਲ ਕਹਿਣ ਲਈ ਕੁਝ ਹੋਰ ਨਹੀਂ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੋਇਆ ਜਦ ਪੁਲਿਸ ਦੀ ਕਾਰਵਾਈ ਤੇ ਸਵਾਲ ਉੱਠ ਰਹੇ ਹਨ, ਇਸ ਤੋਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ। ਖੈਰ, ਵਿੱਕੀ ਗੌਂਡਰ ਨਾਲ ਕੀ ਹੋਇਆ ਇਹ ਜਾਂਚ ਦਾ ਵਿਸ਼ਾ ਹੈ ਅਤੇ ਸੱਚ ਕੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅਸੀਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕੀ ਸੋਚਦੇ ਹੋ ਕਿ ਵਿੱਕੀ ਗੌਂਡਰ ਦੇ ਮਾਮੇ ਵੱਲੋਂ ਲਗਾਏ ਗਏ ਇਲਜ਼ਾਮ 'ਚ ਕਿੰਨੀ ਕੁ ਸੱਚਾਈ ਹੈ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ।